तीजे दिन बुला के कुट देंदे ने। मैं देखा की हो गया आपे बुला के अंदर जाके पहला पछतान लग रहा मैं उरी गल कर ले जेड़ी करनी है। नहीं 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 बाबा मेरी गल सुन के जा आज अंदर आया तेन मैं चाह भी पिलाऊ रोटी भी खाऊ आजा भाई मैं तो देखो रोटी नाल उही चंगा मैं तो भूखा सार लूंगा उरी जेड़ी गल करनी है उरी कर ले। मेनू बंदा मिल गया राह च। अच्छा हां कहिंदा ना था ऐ कर साडे घरे चल मर जा साडे बड़ गया सप्प कहिंदा सप्प कढ़ना। अच्छा भाई बीबा जब सप्प कढ़न दी गल हो गई बाद च सारा टब्बर मेरे खेड़े पै गया कहिंदे बाबा फड़के भी लिया तद बाबे ने जान देनी है बाबे नूं जब सप्प फड़नी नहीं आंदा कल्ला कढ़ना आंदा बूमा मर जा फिर की होना थी। बाकी भाई वह तो दक्षिणा देन दे मारी मुकर गए तीन महीने पहला उन्होंने मैं गिदड़ सिंगी दे गया थी। कितनी बैतल जनानी है साध नूं बुला बुला के मेरे घर टूणा करवाउंदी है। बे बाबा आ गिदड़ सिंगी की हुंदी है। लै बीबा जे गिदड़ सिंगी बारे पुछदी आ तैनूं दस दिंदा। हां दस बाबा तीन चार महीने पहला आया थी मैं। अच्छा इहनूं गिदड़ सिंगी दे गया। हाँ, मां लै बीबा ऐ कर तेरे घर दा अन्न खाता है आ चक गिदड़ सिंगी तेरे सारे काम बनणगे। अच्छा फिर बाबा फिर की हुण दक्षिणा देण दे मारे मुकर गए उदों तां कहिंदी थी मैं बंदे टिकाने ने मां भाई जिन्ने मर्जी बंदे टिका ली मेरे प्यो दी रन। अच्छा फिर की सारा काम बन गया हुण दक्षिणा देण दे मारे जुत्ती कढ लैंदे ने अज फिर मेरे पासे सेक ते चंगा बीबा मैं तां चलदा हुण। बग जा बाबा मैं तां चित्तर ना खाणी तूं भी ये भी पकी फिरदी है। बू मैं मच गई मैं भी सोचा मेरे घर का नुकसान क्यों हो जाता है नहीं चंगा भला मेरा बंदा नौकरी जाता जाता इन्हें घरें बिठाता मैं भी मंजे ते पाके रखती इन्हें तो हले परसों मलज लिया 80,000 की दो डंग दुध दी थी एक डंग का भी देनों हट गई नहीं अज नहीं मैं छड़ी मैं तो बाबे तो पता लगे भी यह हरामन टूने टप्पे कराती हैगी नहीं मैं भी झाड़ू लई ने अग लगे झाड़ू अज नहीं मैं छड़ी मेरे प्यो की साड़ी गुत्त पट के हटूंगी अज दी खाने दा। नहीं गल सुन मेरी मगर लगती है मेरे तो पौनी है ना कुछ नहीं छड़िया तू बैतले गया
ਦੀ ਐ। ਇੱਕ ਹੋਰ ਤਾਂ ਹੋਰ ਆ, ਬਾਬੇ ਨੂੰ ਆਉਣ ਦੇ ਪਹਿਲਾਂ ਤਾਂ ਇਹਦੀ ਬਣਾਉ ਮੈਂ ਚਟਣੀ। ਦੇਖੇ ਦੇਖ ਤਾਂ ਸਹੀ, ਐ ਨਹੀਂ ਵੀ ਪੂਰਾ ਹਾਜਮਾ ਰੱਖਣਾ। ਜਾਂਦਾ ਜਾਂਦਾ ਮੇਰੀ ਸੌਕਣ ਨੂੰ ਗੱਲ ਆ ਗਿਆ ਹੈ, ਫੇਰ ਕਹਿੰਦਾ ਮੇਰੇ ਛਿੱਤਰ ਮਾਰਦੇ ਨੇ। ਛਿੱਤਰਾਂ ਵਾਲੀ ਥਾਂ ਤਾਂ ਤੂੰ ਆਪ ਕਰਾਉਣਾ। ਆ ਜਾ ਮੇਰੇ ਕੇ ਸੌਕਣੇ ਵੀ ਇੱਥੇ ਵੱਜਦੀ ਕੀ ਦੇਖਦੀ ਆ। ਰਾਮਣ ਨਾ ਹੋਵੇ ਕਿਸੇ ਥਾਂ ਦੀ ਹੋਈ ਆਫਰੀ ਫਿਰਦੀ ਹੈ। ਹਜੇ ਤਾਂ ਬਚ ਗਈ, ਕਿਤੇ ਮਾਰ ਮਾਰ ਕੇ ਤਾਂ ਸਲੇ ਤੇਰੇ ਮੈਂ ਪਾਸੇ ਨਾ ਸਜਾ ਦਿੰਦੀ। ਕੀ ਹੋ ਗਿਆ ਤੈਨੂੰ, ਕਾਹ ਸਾਈ ਹੋਈ ਜਾਨੀ ਹੈ? ਮੈਂ ਗੱਲ ਸੁਣ ਮੇਰੀ। ਹਾਂ ਦੱਸ। ਆਪਣੀ ਗਵਾਂਡਣ ਬੱਬੂ ਕੀ ਹੋ ਗਿਆ ਇਹਨੂੰ? ਬੇ ਉਹ ਆਪਣੇ ਤੇ ਟੂਣੇ ਟੱਪੇ ਕਰਾਉਂਦੀ ਹੈ। ਹੈ ਦੇਖ ਲੈ ਬੌਲੀ, ਲੈ ਟੂਣੇ ਟੱਪਣੇ ਚ ਦੱਸ ਕੀ ਹੈ। ਮੈਨੂੰ ਤਾਂ ਅੱਜ ਪਤਾ ਲੱਗਿਆ ਬੇ ਉਹ ਬਾਬਾ ਬੀਨ ਵਾਲਾ ਬਾਬਾ ਜਿਹੜਾ ਰੋਜ਼ ਲੰਘਦਾ ਹੈ, ਬੇ ਉਹ ਤੋਂ ਗਿੱਦੜ ਸਿੰਘੀਆਂ ਲੈ ਲੈ ਕੇ ਆਪਣੇ ਘਰ ਤੇ ਟੂਣੇ ਕਰਾਉਂਦੀ ਹੈ। ਮੇਰੇ ਸਾਲੀ ਸਾਲੀ ਗਿੱਦੜ ਸਿੰਘੀ ਦੀ ਹੁੰਦੀ ਹੈ, ਗਿੱਦੜ ਸਿੰਘੀਆਂ 'ਚ ਕੀ ਹੁੰਦਾ ਹੈ? ਮੈਂ ਤੈਨੂੰ ਨਹੀਂ ਪਤਾ, ਮੈਂ ਤਾਂ ਹੀ ਤਾਂ ਤੂੰ ਘਰੇ ਬੈਠਾ ਨੌਕਰੀ ਤੋਂ ਹਟ ਕੇ, ਬੇ ਆਪਣੇ ਤਾਂ ਨੁਕਸਾਨ ਤੇ ਨੁਕਸਾਨ ਹੋਣ ਲੱਗ ਰਿਹਾ, ਤੈਨੂੰ ਕੁਛ ਪਤਾ ਹੀ ਨਹੀਂ। ਨਹੀਂ ਭਣੋ ਸੱਜਰੀਏ, ਜੇ ਪੁੱਠੇ ਕੰਮ ਕਰਾਂਗੇ ਤਾਂ ਘਰੇ ਹੀ ਬੈਠਾਂਗੇ। ਉਦੋਂ ਤਾਂ ਕਹਿੰਦੀ ਸੀਗੀ ਲਿਆ ਕਾਂਟੇ, ਉਹਨੇ ਤੌਲੇ ਦੇ ਕਰਾਏ ਨੇ, ਮੈਨੂੰ 2 ਦੇ ਕਰਵਾ। ਉਹਨੇ ਸੂਟ 200 ਦਾ ਲਿਆ, ਮੈਨੂੰ 500 ਦਾ ਲਿਆ। ਮੈਂ ਕਿੱਥੋਂ ਲਿਆਂਦਾ? ਘਰ ਦੀ ਕਬੀਰਦਾਰੀ ਕਿਹੜੀ ਤਾਂ ਦੇਖਦੀ ਤੂੰ? ਮੈਂ ਤਾਂ ਰਿਸ਼ਵਤ ਫਿਰ ਲੈਣੀ ਓ ਲੈਣੀ ਸੀ, ਹੁਣ ਮੈਂ ਫੜਿਆ ਗਿਆ। ਅਗਲੇ ਨੇ ਘਰੇ ਬਿਠਾਇਆ ਤਾਂ। ਬਸ ਕਰ ਬੇ, ਤੂੰ ਵੀ ਉਹੀ ਬੋਲੀ ਬੋਲਣ ਲੱਗ ਰਿਹਾ। ਉਹਦੀ ਮੇਰੀ ਸੌਕਣ ਪਤਾ ਨਹੀਂ ਕੀ ਕੀ ਕਰਾਉਂਦੀ ਫਿਰਦੀ ਹੈ। ਮੇਰੇ ਸੜਿਆਂ ਦੀ ਉਹੀ ਪੁੱਠੇ ਰਾਹ ਪੈਂਦੀ ਜਾਂਦੀ ਹੈ। ਦੇਖਾ, ਮਾੜੇ ਕੰਮ ਕਰਾਂਗੇ ਮਾੜਾ ਦਾ ਨਤੀਜਾ ਭੁਗਤਾਂਗੇ। ਉਹ ਤਾਂ ਵਿਚਾਰੀ ਇੰਨੀ ਸ਼ਰੀਫ ਹੈ, ਕਿਸੇ ਨੂੰ ਉਹ ਤੋਂ ਉਹ ਨਹੀਂ ਕਹਿੰਦੀ। ਕਮਾਲ ਕਰਦੀ ਹੈ ਇਹ ਜਮੀ। ਦੇਖ ਲੈ ਕਿਵੇਂ ਉਹਦੀ ਬੋਲੀ ਬੋਲਣ ਲੱਗਿਆ ਹੈਗਾ, ਕਿਵੇਂ ਵਿਚਾਰੀ ਵਿਚਾਰੀ ਕਰਦਾ। ਮੈਨੂੰ ਲੱਗਦਾ ਉਹਨੇ ਗਿੱਦੜ ਸਿੰਘੀ ਦਾ ਅਸਰ ਹੈ। ਕੋਈ ਗੱਲ ਨਹੀਂ, ਮੈਂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਊਂਗੀ। ਕੋਈ ਗੱਲ ਨਹੀਂ, ਗਿੱਦੜ ਸਿੰਘੀ ਦਾ ਜਵਾਬ ਹੁਣ ਗਿੱਦੜ ਸਿੰਘੀ ਨਾਲ ਮਿਲੂ। ਆਉਣ ਦੇ ਬਾਬੇ ਨੂੰ, ਮੈਂ ਵੀ ਗਿੱਦੜ ਸਿੰਘੀ ਲੈ ਕੇ ਹਟੂ। ਨੀ ਆ ਜਾ, ਨੀ ਆ ਜਾ। ਕਿਹੜੇ ਵੇਲੇ ਹੋ ਗਏ ਤੈਨੂੰ ਦੇਖਦੇ ਨੂੰ? ਲੈ ਬੇ, ਅੱਗੇ ਕਦੇ ਮੈਂ ਦੇਖਿਆ ਨਹੀਂ ਤੈਂ। ਨੀ ਰੋਜ਼ ਦੇਖਦਾ ਇਹ ਤਾਂ, ਅੰਦਰ ਜਾਣਾ ਸੀ ਮੈਂ। ਆ ਜਿੰਦਾ ਲੱਗਿਆ ਪਿਆ ਤੇ ਖੋਲਦੀ। ਓਏ ਹਾਏ ਬੇ, ਲੈ ਲੜਾਈ 'ਚ ਮੈਂ ਤਾਂ ਚਾਬੀ ਵੀ ਨਾਲੀ 'ਚ ਸੁੱਟਿਆ ਹੀ। ਨਹੀਂ ਮੇਰੇ ਸਾਲੀ ਦੀ, ਕਦੇ ਤਾਂ ਸ਼ਾਂਤੀ ਨਾਲ ਮੁੜਿਆ ਕਰ। ਬੇ ਮੇਰੀ ਗੱਲ ਸੁਣ, ਮੈਂ ਬਥੇਰਾ ਸੋਚਦੀ ਆ ਸੱਚੀ ਧਰਮ ਨਾਲ ਵੀ ਮੈਂ ਸ਼ਾਂਤੀ ਨਾਲ ਮੁੜਿਆ ਵਾਂ, ਮੈਂ ਸ਼ਾਂਤੀ ਨਾਲ ਮੁੜਿਆ ਵਾਂ, ਪਰ ਆ ਮੇਰੀ ਸੌਕਣਾ ਮੈਨੂੰ ਮੁੜਨ ਨਹੀਂ ਦਿੰਦਾ। ਕਦੇ ਕੋਈ ਅੱਡਾ ਲਾ ਕੇ, ਅੱਡਾ ਲਾਈ ਰੱਖਦੀ ਆ। ਬੇ ਮੈਂ ਕੀ ਕਰਾਂ, ਮੈਂ ਤਾਂ ਚਾਹੁੰਦੀ ਨਹੀਂ ਸੀ ਬੇ ਮੈਂ ਲੜਾਈ ਲੜਾਂ। ਆਹ ਚਦਰੇ ਵਾਲੀ ਮੇਰੀ ਸੌਕਣ ਮੇਰੇ ਤੋਂ ਗਾਲਾਂ ਸੁਣਦੀ ਆ, ਨਹੀਂ ਜੇ ਹੁਣ ਵੀ ਮੇਰੀ ਬਾਤ ਸੁਣਦੀ ਆ। ਚੁੱਪ ਕਰਦਾ, ਚੁੱਪ ਕਰਦਾ ਬੇ, ਮੈਂ ਤਾਂਸਲਾ ਮਰੂ ਤੇਰੇ। ਆ ਦਿੰਦਾ ਰੱਖੜਾ, ਤਾਂਸਲਾ ਮਰੇਗੀ ਤੂੰ। ਬੇ ਮੇਰੀ ਗੱਲ ਸੁਣ ਲਾ, ਮੈਂ ਚੰਗੀ ਭਲੀ ਤੁਰੀ ਆਉਂਦੀ ਸੀ ਬੀਹੀ 'ਚ, ਹੈ ਮੈਨੂੰ ਆ ਕੇ ਪਤਾ ਕੀ ਕਹਦੀ? ਕਹਦੀ ਤਾਂ ਇਹ ਮੇਰਾ ਬੰਦਾ ਘਰੇ ਬਿਠਾਇਆ, ਤਾਂ ਇਹ ਸਾਡੀ ਮੱਝ ਖਰਾਬ ਕਰਾਈ ਆ। ਮੈਂ ਚੰਗੀ ਭਲੀ ਕੰਮ ਕਰਦੀ ਸੀ, ਅਗਰ ਤੇਰੇ ਕਰਕੇ ਹਟ ਗਈ, ਲੈ ਦੱਸ ਮੇਰਾ ਕੀ ਕਸੂਰ ਅੱਜ? ਨਕਲੀ ਬਾਬਾ ਜਾਂਦਾ ਜਾਂਦਾ ਉਹਨੂੰ ਗੱਲ ਆ ਗਿਆ ਚਤਰੇ ਵਾਲੀ ਨੂੰ, ਅਖੇ ਇਹਨੇ ਮੇਰੇ ਤੋਂ ਗਿੱਦੜ ਸਿੰਘ ਹੀ ਲਈ ਆ, ਤਾਂ ਤੁਹਾਡੇ ਘਰੇ ਤੂੰ ਆਪਦੇ ਆਪ ਨੂੰ ਗੱਲ ਲੁਕਾਉਣੀ ਆ। ਬੇ ਹੌਲੀ ਬੋਲਪਾ ਕੰਧਾਂ ਦੇ ਵੀ ਕੰਨ ਹੁੰਦੇ ਨੇ। ਉਦੋਂ ਨਹੀਂ ਤੈਨੂੰ ਪਤਾ ਦੀਆ ਵੀ ਕੰਧਾਂ ਦੇ ਕੰਨ ਹੁੰਦੇ ਨੇ, ਗੱਲ ਇੱਥੇ ਤੱਕ ਜਾਊਗੀ। ਬੇ ਮੈਨੂੰ ਕੀ ਪਤਾ ਸੀ, ਮੈਂ ਤਾਂ ਆਖਿਆ ਚੱਲ ਕੋਈ ਗੱਲ ਨਹੀਂ, ਬਾਬੇ ਸਹੀ ਕਹਿੰਦੇ ਹੁੰਦੇ ਨੇ, ਮੈਂ ਤਾਂ ਆਪਦੇ ਘਰ ਵਾਸਤੇ ਬੰਦਾ ਸਭ ਕੁਛ ਕਰਦਾ, ਪਰ ਮੈਨੂੰ ਕੀ ਪਤਾ ਸੀਗਾ ਵੀ ਉਹ 'ਚ ਵਿੱਚ ਕੋਈ ਅਸਰ ਹੀ ਹੈ ਨੀਗਾ। ਨਹੀਂ ਕਰ ਲਿਆ ਬੰਦਾ ਬਾਅਦ 'ਚ, ਨਾਲੇ ਬੇਇੱਜ਼ਤੀ ਕਰਾਈ, ਹੁਣ ਸਾਰੇ ਪਿੰਡ 'ਚ ਕਰਾਈ ਬੇਇੱਜ਼ਤੀ ਤੂੰ। ਹਾਏ ਬੇ ਰੱਬਾ, ਮੈਂ ਤਾਂ ਬਥੇਰਾ ਪੜਦਾ ਪਾਇਆ ਸੀ ਗੱਲ 'ਤੇ, ਪਰ ਉਹ ਮੇਰੀ ਸੌਕਣ ਨੇ ਪਾਇਆ ਨਹੀਂ ਦਿੱਤਾ। ਨਹੀਂ ਚੱਲ ਹੁਣ ਚੁੱਪ ਕਰ ਜਾ, ਹੁਣ ਇਹਨੂੰ ਦੱਸ ਕੇ ਮੈਂ ਮਰੇੜੀ ਲਾਵਾਂ। ਬੇ ਆਏ ਕਰ, ਇੱਟ ਚੱਕ, ਇੱਟ ਮਾਰ, ਕੁਛ ਨਹੀਂ ਹੁੰਦਾ। ਚੱਕ ਮਾਰਾਂ, ਤੇਰੇ ਮਾਰਾਂ, ਤੂੰ ਤਾਂ ਨਾ ਮੈਨੂੰ ਮਾਰਨ ਨੂੰ ਫਿਰਦਾ, ਮੈਨੂੰ ਪਤਾ ਗਾ ਬੇ, ਮੈਨੂੰ ਕਦੇ ਕਦੇ ਆਏ ਸ਼ੱਕ ਲੱਗਦਾ ਤੇਰੀ ਬਾਹਰ ਤਾਂ ਨੀ ਕੋਈ ਗਾਟੀ ਹੈਗੀ। ਆ ਜਵਾਨ ਵੜ ਦੂੰਗਾ ਜੇ ਅੱਗੇ ਤੋਂ ਬੋਲੀਆਂ ਕਹਾਂ। ਚੱਲ ਚੰਗਾ, ਕੋਈ ਨਹੀਂ ਬਣੀਆਂ ਗਾਟੀਆਂ ਦੀ। ਮੈਂ ਚੱਲ ਨਹੀਂ, ਸਾਰੇ ਦਿਨ ਨਾ ਅੱਡੀ ਲਾਇਆ ਕਰਨੀ, ਲੋਕ ਬਹੁਤ ਗੱਲਾਂ ਕਰਦੇ ਨੇ ਤੇਰੇ ਬਾਰੇ। ਮੇਰੀ ਗੱਲ ਕਿਸੇ ਟਾਈਮ ਮੇਰਾ ਕਿਹੜਾ ਜੀ ਕਰਦਾ ਵੀ ਮੈਂ ਲੋਕਾਂ ਨਾਲ ਲੜਾਂ, ਮੈਨੂੰ ਨਾ ਫਿਰ ਉਹੀ ਗੱਲ ਆ ਵੀ ਕਦੇ ਸ਼ਾਂਤ ਰਹਿਣ ਦਿੰਦੀਆਂ ਹੀ ਨਹੀਂ, ਕਦੇ ਕੋਈ ਪੰਗਾ ਲੈਂਦੀਆਂ, ਕਦੇ ਕੋਈ ਪੰਗਾ ਲੈਂਦੀਆਂ।
ਨਹੀਂ ਤੇ ਤੇਰੇ ਨਾਲ ਤਾਂ ਹਰੇਕ ਹੀ ਪੰਗਾ ਲਈ ਜਾਂਦਾ ਪਰ ਮੇਰੇ ਤੋਂ ਕਿਹੜਾ ਆਲਾ ਜਾਂਦਾ ਕੋਈ ਮੇਰੇ ਤੋਂ ਵਿਚਾਰ ਸੁਣ ਕੇ ਹੀ ਗਈ ਆ ਹੁਣ ਆਪੇ ਬਹਿ ਜੂ ਕੋਈ ਠੰਡੀ ਹੋ ਗਏ ਨਹੀਂ ਉਹ ਤਾਂ ਗੱਲ ਠੀਕ ਆ ਚੱਲ ਆ ਨਾਲੇ ਚਾਹ ਚੂ ਮਾੜਾ ਜਿਹਾ ਟਾਈਮ ਨਾਲ ਕਰ ਲਿਆ ਕਰ ਸਵੇਰੇ ਕੰਮ ਧੰਦਾ ਵੀ ਹੁੰਦਾ ਸੱਪ ਸਲੂਟੀ ਹੁੰਦਾ ਜਿਹੜਾ ਇਹ ਕਿਹੜਾ ਖੜਦਾ ਹੁੰਦਾ ਠੀਕ ਹੈ ਐਂ ਨਹੀਂ ਪਤਾ ਕਿੱਦਾਂ ਟੱਪ ਜੇ ਇਹਦਾ ਬੇ ਨਾ ਨਾ ਮੈਨੂੰ ਤਾਂ ਜਿੱਦੇ ਦਾ ਇੱਥੇ ਪਤਾ ਲੱਗਿਆ ਨਾ ਵੀ ਨਿਕਲ ਗਏ ਉਰੀ ਕਿਤੇ ਭੱਜ ਗਿਆ ਸਹੁੰ ਲੱਗੇ ਤਾਂ ਤਾਂ ਮੈਨੂੰ ਦਿਨੇ ਆਉਂਦਾ ਚੈਨ ਤਾਂ ਨਾ ਮੈਨੂੰ ਰਾਤ ਨੂੰ ਨੀਂਦ ਆਉਂਦੀ ਆ ਮੈਨੂੰ ਤਾਂ ਜਾਏ ਖੜਦਾ ਐਂ ਲੱਗੀ ਜਾਂਦਾ ਵੀ ਕਿਤੇ ਇੱਧਰ ਨਾ ਨਿਕਲਿਆ ਵੇ ਕਦੇ ਇੱਧਰ ਨਾ ਨਿਕਲਿਆ ਵੇ ਮੇਰੀ ਗੱਲ ਸੁਣ ਉਹ ਬੁਲਾ ਕੇ ਨਾ ਇੱਕ ਵਾਰ ਰੱਬ ਦਾ ਵਾਸਤਾ ਸੱਪ ਜਾ ਫੜਾ ਦੇ ਚੱਲ ਦੇਖਦਾ ਕਰਦਾ ਕੋਈ ਨਾ ਕੋਈ ਹੀਲਾ ਜਨਾਨੀ ਲਿਆਏਗਾ ਨੀ ਮੈਂ ਤਾਂ ਇੱਕ ਵਿਆਹ ਕਰਾ ਕੇ ਪਛਤਾਣਾ ਹੋਰ ਬਾਰੇ ਤਾਂ ਮੈਂ ਸੋਚਦਾ ਵੀ ਨੀ ਹੈਗਾ ਆਹੋ ਉਹ ਤਾਂ ਕਹਿੰਦੇ ਸੀ ਚਿੰਨੀ ਚੜਾਵਾ ਕਰਦੇ ਛੇ ਛੇ ਚੁੰਨੀ ਚੜਾਵਾ ਕਰਦੋ ਮੈਂ ਕਿਹੜਾ ਤੈਨੂੰ ਕਾਰਡ ਪਾਇਆ ਸੀ ਵੀ ਛੇਤੀ ਲੈ ਜਾਓ ਨਾਲੇ ਮੇਰੀ ਗੱਲ ਸੁਣ ਵੀ ਮੇਰਾ ਵੀ ਚੀਕ ਕਰਦਾ ਵੀ ਮੈਂ 4 ਵਜੇ ਉੱਠ ਕੇ ਚਾਹ ਬਣਾ ਲਾਂ ਰੱਬ ਦਾ ਵਾਸਤਾ ਕੋਈ ਜੋਗੀ ਬੁਲਾ ਲਾ ਤਾਂ ਮੈਂ 4 ਵਜੇ ਉੱਠ ਕੇ ਚਾਹ ਬਣਾ ਦਿਆ ਕਰੂੰ ਨਹੀਂ ਭਾਈ ਆਪਾਂ ਤਾਂ ਆਈਆਂ 8 ਵਜੇ ਉੱਠਾਂਗੇ ਨਹੀਂ ਮੈਂ ਹੁਣ ਕਿਹਨੂੰ ਲਿਆਵਾਂ ਬੁਲਾ ਕੇ ਮੈਂ ਤਾਂ ਸਾਰੇ ਦੇਖ ਲਏ ਜੋਗੀ ਬੁਲਾ ਬੁਲਾ ਕੇ ਕੋਈ ਕਹਿੰਦਾ ਮੈਨੂੰ ਸੱਪ ਨਹੀਂ ਕੱਢਣਾ ਆਉਂਦਾ ਕੋਈ ਕਹਿੰਦਾ ਮੈਨੂੰ ਬੀਨ ਨਹੀਂ ਵਜਾਉਣੀ ਆਉਂਦੀ ਉਹੀ ਆ ਜਿਹੜਾ ਸਾਰਾ ਕੁਝ ਕਰਦਾ ਫਿਰੀ ਜਾਂਦਾ ਤੂੰ ਉਸੇ ਨੂੰ ਹੀ ਲਿਆ ਉਸੇ ਨੂੰ ਹੀ ਲਿਆ ਹੁਣ ਤਾਂ ਨਹੀਂ ਉਹ ਆ ਜਾਊਗਾ ਪਹਿਲਾਂ ਐਂ ਦੱਸ ਬੇ ਲੈ ਦੱਸ ਆਊ ਕਿ ਆਉਣਾ ਇੱਥੇ ਮੂੰਹ ਵੀ ਤਾਂ ਧੱਕੇ ਖਾਂਦਾ ਫਿਰਦਾ ਹੀ ਰਹਿੰਦਾ ਨਹੀਂ ਉਹਦੇ ਨਾਲ ਇੰਨਾ ਕੁਛ ਹੋ ਗਿਆ ਲੈ ਦੱਸ ਵੀ ਉਹਦੀ ਕੀ ਬਹੂ ਭਜਾਤੀ ਆਪਾਂ ਤੂੰ ਬਗ ਜਾ ਲਿਆ ਉਹ ਤੋਂ ਚੱਲ ਮੈਂ ਜਾ ਕੇ ਆਉਣਾ ਚੰਗਾ ਆਹੋ ਹਜੇ ਤੱਕ ਨੀ ਮੁੜਿਆ ਮੈਨੂੰ ਤਾਂ ਲੱਗਦਾ ਉਹ ਮਿਲਿਆ ਹੀ ਨੀ ਹੋਣਾ ਪਖੰਡੀ ਕਿਤੇ ਖਬਰਾਂ ਕਿੱਥੇ ਝੋਲਾ ਚੱਕੀ ਫਿਰਦਾ ਉਹ ਮੈਂ ਆਏ ਕਰਦੀ ਹਾਂ ਭੱਜ ਕੇ ਜਾ ਕੇ ਵੱਡੇ ਦਰਵਾਜ਼ੇ ਵਾਲਿਆਂ ਦੀ ਬੁੜੀ ਦਾ ਪਤਾ ਲਿਆਉਂਦੀ ਹਾਂ ਕਹਿੰਦੇ ਮਰਨ ਕਿਨਾਰੇ ਪਈ ਆ ਹਾਏ ਮਰੀ ਤੋਂ ਵੀ ਜਾਵਾਂਗੇ ਫਿਰ ਅਗਲਾ ਕਹੂਗਾ ਵੀ ਜਿਉਂਦੇ ਜਾਗਦੇ ਤਾਂ ਕੋਈ ਪੁੱਛਦਾ ਨਹੀਂ ਚੱਲ ਕੋਈ ਨਹੀਂ ਜਦੋਂ ਆ ਗਿਆ ਪਤਾ ਲੱਗ ਹੀ ਜਾਣਾ ਮੈਂ ਭੱਜ ਕੇ ਬੁੜੀ ਦਾ ਪਤਾ ਲਈ ਜਾਵਾਂ ਲੈ ਆਹ ਤਾਂ ਮੈਨੂੰ ਕੋਈ ਜੋਗੀ ਲੱਗਦਾ ਤੇ ਜੋਗੀ ਤਾਂ ਸਾਰੇ ਸੱਪ ਫੜ ਲੈਂਦੇ ਨੇ ਮੈਂ ਐਂ ਕਰਦੀ ਹਾਂ ਬੁੜੀ ਕਿਹੜਾ ਹੁਣੇ ਮਰਨ ਲੱਗੀ ਆ ਪਹਿਲਾਂ ਜੋਗੀ ਦੇਖਾਂ ਮੈਂ ਇਹਨੂੰ ਕਹਾਂ ਵੀ ਫੜਦਾ ਭਾਈ ਸਾਡਾ ਸੱਪ ਸੱਪ ਤਾਂ ਜੀਣਾ ਹਰਾਮ ਕੀਤਾ ਪਿਆ ਸਾਡਾ ਤਾਂ ਇਹ ਤਾਂ ਉਹੀ ਜੋਗੀ ਆ ਬੇ ਬਾਬਾ ਮੈਨੂੰ ਲੱਗਦਾ ਸੀ ਵੀ ਉਹੀ ਬੇ ਖਰਚਾ ਹਾਂ ਬੇ ਕੋਈ ਰਹਿੰਦੇ ਨਹੀਂ ਤਾਂ ਤੂੰ ਰਹਿੰਦੇ 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 ਓਹੋ ਬੇ ਬਾਬਾ ਖਰਚਾ ਬੇ ਖਰ ਲੈ ਖਰਚਾ ਫੜੇ ਹੁਣ ਨਹੀਂ ਦਿੰਦੀ ਹੁਣ ਨਹੀਂ ਬੀਬਾ ਤੇਰੀ ਸੁਣਦਾ ਮੈਂ ਹੁਣ ਨਹੀਂ ਸੁਣਦਾ ਤੇਰੀ ਬੀਬਾ ਫੜੇ ਹਾਂ ਹੁਣ ਨਹੀਂ ਸੁਣਦਾ ਫੜੀ ਫੜੀ ਸ਼ਰਾ ਫੜੀ ਫੜੀ ਖਰਚਾ ਖਰਚਾ ਓਏ ਹਾਏ ਬੇ ਬਾਬਾ ਖਰਚਾ ਖਰਚਾ ਜਾ ਚੱਕ ਤੇ ਪਤੰਦਰਾ ਓ ਲਵੇ ਨਾ ਲੱਗ ਸੱਪ ਹੈ ਸੱਪ ਹੈ ਕੀ ਹੋ ਗਿਆ ਭਾਈ ਓਹੋ ਬੇ ਬਾਬਾ ਮੇਰੀ ਗੱਲ ਸੁਣ ਲਾ ਓ ਬੀਬਾ ਮੈਂ ਮਾੜਾ ਕੀ ਕਰਤਾ ਤੇਰਾ ਦੂ ਹੱਥ ਦੇ ਮਗਰ ਪੈ ਰਹੀ ਮਾੜਾ ਕੀਤਾ ਕਿਉਂ ਆ ਤਾਂ ਭਗਵਾਈ ਮਰੀ ਜਾਂਦਾ ਓ ਸੱਪ ਮੇਰਾ ਤਾਂ ਫਿਰਦਾ ਆ ਕੇ ਫੜ ਲਾ ਓ ਜਾ ਬਾਬਾ ਹੱਥ ਦਾ ਵਾਸਤਾ ਆ ਜਾ ਪੈਰੀ ਹੱਥ ਲਵਾ ਲਾ ਮੇਰੇ ਤੋਂ ਆ ਜਾ ਓ ਭਾਈ ਮੁੰਡਿਓ ਮੈਂ ਇਹਨਾਂ ਦੀ ਸੱਪ ਤੋਂ ਕੀ ਲੈਣਾ ਮਿਲ ਲੈ ਕੁਛ ਕਰੀ ਓ ਕੋਈ ਨਾ ਓ ਓ ਇੱਕ ਕੋਟੇ ਬਸ ਗਈ ਹੁੰਦਾ ਓ ਭਾਈ ਮੁੰਡਿਓ ਮੇਰੀ ਗੱਲ ਸੁਣ ਲਓ ਇਹ ਤਾਂ ਘਰੇ ਬੁਲਾ ਕੇ ਉਦੋਂ ਬਾਅਦ ਕੁੱਟਦੇ ਨੇ ਇਹ ਥੋੜੀ ਚੰਗਾ ਕੰਮ ਨਹੀਂ 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 ਆ ਜਾ ਤੂੰ ਕਾਹੇ ਭਾਈ ਫੜ ਜਾ ਓਏ ਆ ਜਾ ਭਾਈ ਆ ਜਾ ਜਾ ਪਹਿਲਾਂ ਬਹੁਤ ਧੱਕਾ ਹੋਇਆ ਇਹਨਾਂ ਦੇ ਘਰ ਚ ਵੇ ਆ ਜਾ ਕਿਧਰੇ ਤੂੰ ਧੱਕਾ ਕਰਦੇ ਤੁਸੀਂ ਨਾਲ ਬਣ ਤੇ ਲੋ ਮੁੰਡਿਓ ਫੇਰ ਵਗ ਜੂਗਾ ਆ ਜਾ ਹਾਂ ਚੱਲ ਇੱਧਰ ਕੋਈ ਇੱਕ ਗੱਲ ਸੁਣ ਲਓ ਦੇਖੇ ਜਨਾਨੀ ਨਾਲ ਦਾ ਕੋਈ ਪਤਾ ਨਹੀਂ ਹੁੰਦਾ ਕੱਲ ਨੂੰ ਮੇਰੇ ਕਲੰਕ ਲੱਗ ਜੇ ਨਾਲ ਵਗ ਚੱਲੋ ਮੁੰਡਿਓ ਲੈ ਦੱਸ ਪਾਪਾ ਤੂੰ ਆ ਜਾ ਆ ਜਾ ਆ ਜਾ ਜਾ ਕੋਈ ਇੰਤਰ ਦਾ ਕਲੰਕ ਲਾਉਂਦਾ ਆ ਚੱਲ ਆ ਜਾ ਬਾਬਾ ਆ ਜਾ ਲੈ ਬਾਬਾ ਚੱਕ ਲੈ ਪੈਰ ਓ ਬਾਬਾ ਕਿਵੇਂ ਪੈਰ ਚੱਕ ਲੇ ਓ ਬੱਚਿਓ ਸੋਨੂ ਕੀ ਪਤਾ ਕਿੰਨਾ ਧੱਕਾ ਹੋਇਆ ਘਰ ਚ ਮੇਰੇ ਨਾਲ ਕੋਈ ਨਾ ਬਾਬਾ ਹੁਣ ਤਾਂ ਅਸੀਂ ਤੇਰੇ ਨਾਲ ਆ ਬੂਆ ਕਿੱਧਰ ਜਾਈ ਜਾਂਦੇ ਨੇ ਨਹੀਂ ਤਾਂ ਮੇਰੇ ਵਾਲਾ ਬੂ ਸਾਧ ਵੀ ਲਈ ਜਾਂਦੀ ਹੈ ਨਾਲ ਹਾਏ ਕਿਤੇ ਉਹੀ ਨਾ ਕੁਛ ਕਰਾ ਦੇ ਉਹ ਤੇ ਦੇਖ ਤਾਂ ਸਹੀ ਕਿਵੇਂ ਠੁਮਕ ਠੁਮਕ ਤੁਰਦੀ ਹੈ ਕੋਈ ਨੀ ਆ ਜਾਣ ਦੇ ਅੱਜ ਉਹਨੂੰ
अज तो पुछ के हटूंगी नाले कंजर नूं दस्या सीगा भी मेरा कल कलेश होके हटिया उहदे नाल फिर भी देख किवें नाल तुरदा हैगा नाल खह खह के आ जाण दे ले आ जा बाबा आ जा बदम कुंडी ना लाओ बारो कुंडी ना लाओ मेरे हाथ ना लाओ मेनू तो बड़ा डर लगता है वे बाबा डरने वाली कोई लोड़ नहीं तू आपदा काम कर तेरा पूरा मान सत्कार तेरा करके तोरांगे ओ बीबा की काम करा सोडा टब्बर ता सप्पा नो भेड़ा बहुत बुरी बनिया मिलना पहला बाबा पुरानियां गल्ला भूल जा ठीक है ना इना ते पादे मिट्टी तू सप्प फड़न वाला काम कर बाकी काम मेरा ओ पई सप्प इने केड़ा सौखे फड़े जांदे ने पहला पानी पूनी दी कुट पिया दे चला निकल जांदा इथे बीन बजांदे पानी पानी मैं हुणे लिख देने तन्नू इतनी मैं बीन बीन सेट कर दूं सप्प वड़ गया जोगी नूं लैके गए ते फड़ पाए बस करिया कर रहण दे सफाइयां दे नूं मैनूं सारा पता है तेरी की चल रहा चक्कर चल रहा तेरा उहदे नाल मैनूं पता है सारा सारा दिन लड़न ते जोर कम तक चला लिया करो जी बाप दी आ ले बाबा पानी पी तू पानी बे बंद कर दे आ फड़ पानी ओहो मेरी गल सुन बाबा तू यार जेड़ा सप्प जा हैगा इनू फड़ के आपदा बगली च पा यार ओ तीन महीने हो गए हुण तक सप्प उरी खड़िया भगता पता कित्थे लंघ गया ओ यार इहदा तां बहम कढ़ दे फिर बजाब दी बीन ਉਹ ਸੋਡੇ ਵਹਿਮ ਕੱਢਣ ਚ ਮੇਰਾ ਤਰਾ ਨਿਕਲ ਜੂਗਾ ਤੁਸੀਂ ਜਿੱਦ ਕਰਦੋ ਚੱਲ ਮੈਂ ਬਜਾ ਦਿੰਨਾ ਬੀਨ ਕੱਢ ਕੱਢ ਬਾਬਾ ਸੱਪ ਬਜਾ ਜਾ ਬਾਬਾ ਬੀਨ ਬਜਾ ਸਾਂ ਤਾਂ ਨੀਂਦ ਨਹੀਂ ਆਉਂਦੀ ਮੈਨੂੰ ਆਏ ਤਾਂ ਦੱਸੋ ਤੁਹਾਨੂੰ ਕਿੱਧਰ ਪੂਛ ਪੱਚਾ ਦਿਖਿਆ ਮਾੜਾ ਮੋਟਾ ਬਾਬਾ ਉਹਦਾ ਕਦੇ ਕਿਤੇ ਕਹਿੰਦੀ ਆ ਹੋਰ ਫਿਰ ਇਹਦਾ ਮਤਲਬ ਐਡਾ ਕਰ ਸਾਰਾ ਮੈਨੂੰ ਕੀਲਣਾ ਪਊ ਬੀਨ ਪੰਜਾਬ ਜਾ ਆਓ ਜਿਵੇਂ ਮਰਜ਼ੀ ਕਰ ਬਾਬਾ ਉਹ ਬਾਬਾ ਜ਼ੋਰ ਲਾ ਕੇ ਬਜਾਈ ਬੀਨ ਸੁਣ ਜੂਗਾ ਉਹਨੂੰ ਉਹ ਭਗਤਾ ਉਹਦੇ ਕਿਹੜਾ ਕੰਨ ਹੁੰਦੇ ਨੇ ਉਹ ਤਾਂ ਧੜਕ ਪੜ ਕੇ ਸੁਣਦਾ ਬੀਨ ਦੀ ਬਾਬਾ ਉਹ ਤਾਂ ਤੈਨੂੰ ਇਹ ਪਤਾ ਵੀ ਕੰਨ ਹੁੰਦੇ ਨੇ ਜਾਂ ਨਾ ਹੁੰਦੇ ਨੇਗੇ ਠੀਕ ਆ ਬਜਾ ਆਪਦੀ ਬੀਨ ਇਹਦਾ ਕੱਢ ਭੁਲੇਖਾ ਕਰ ਉਹ ਭੁਲੇਖਾ ਤਾਂ ਦੂਰ ਕਰ ਦੂੰਗਾ ਪਰ ਐਤਕੀ ਦੇਖ ਲੈ ਦਕਸ਼ਾਂ ਪੂਰੀ ਲੱਗੂਗੀ ਆਈ ਵਾਰ ਕੁੱਟ ਕੇ ਬਜਾ ਦਿੰਨੇ ਤੂੰ ਲੈ ਲਈ ਜਿਹੜੇ ਪੈਸੇ ਲੈਣੇ ਲੈ ਲਈ ਬਾਤ ਨਹੀਂ ਮੇਰੀ ਗੱਲ ਸੁਣ ਲੈ ਪੈਸਿਆਂ ਦੀ ਗੱਲ ਕਰਦੀ ਆ ਬਾਬੇ ਨੂੰ ਐਡਾ ਵੱਡਾ ਸੱਪ ਵੜ ਕੇ ਦੇਵਾਂਗੇ ਹੋਰ ਕੀ ਚਾਹੀਦਾ ਉਹ ਚੱਲ ਬਾਬਾ ਚੱਲ ਓਏ ਭਗਤਾ ਟਾਈਮ ਦੇਖ ਲੈ ਕਿਹੜਾ ਮਹਿੰਗਾਈ ਦਾ ਟਾਈਮ ਹੈ ਸੱਪਾਂ ਨਾਲ ਕੀ ਬਣਦਾ ਇਹ ਤੀ ਮੱਥਾ ਮਾਰ ਮਾਰ ਕੇ 2 ਸਾਲਾਂ 'ਚ ਮਸਾਂ ਟ੍ਰੇਨਡ ਕਰੇ ਓਹੋ ਬਾਬਾ ਤੂੰ ਕਾਹਨੂੰ ਗੱਲਾਂ ਕਰਦਾ ਉਹਦੋਂ ਨੂੰ ਕਿਤੇ ਹੋਰ ਪਾਸੇ ਨਾ ਨਿਕਲ ਜੇ ਤੂੰ ਲੈ ਲਈ ਜਿਹੜੇ 4 ਪੈਸੇ ਲੈਣੇ ਦਮ ਦਮ ਕਰ ਹਾਂ ਦੇ ਦੀ ਜਿਹੜੇ 4 ਪੈਸੇ ਹੁਣ ਜਵਾਨ ਕਰ ਲੋ ਭਗਤੋ ਕਿਤੇ ਫਿਰ ਮੁੱਕ ਲੋ ਵੇ ਜਵਾਨ ਆ ਤੂੰ ਦਮ ਦਮ ਬੀਨ ਬਜਾ ਤੂੰ ਬਾਬਾ ਦੀ ਜਵਾਨ ਹੈਗੀ ਆ ਹੈਗੀ ਆ ਦੀ ਜਵਾਨ ਕੱਢ ਆ ਲੈ ਭਗਤਾ ਹੁਣੇ ਕੱਢ ਦਿੰਨੇ ਆ ਸੱਪ ਹਾਂ ਹਾਂ ਕੱਢ ਬਾਬਾ इधर नहीं है भगतो इधर आ जाओ ना भगतो इधर नहीं
ਪੱਟੋ ਸੱਪ ਨਿਕਲਿਆ ਸੱਪ ਨਿਕਲਿਆ ਉੱਤੋਂ ਛੱਤ ਤੋਂ ਡਿੱਗਿਆ ਓ ਬਾਬਾ ਬਾਬਾ ਥੱਲੇ ਨਾ ਦੇਖ ਲਾ ਡੰਡਾ ਡਿੱਗਿਆ ਦੀਆ चढ़ गया भगतो चढ़ गया चढ़ गया ओ कुछ नहीं चढ़िया भगतो किते मेरा सह चढ़ गया बीन बजा बाबा सरिया पै जमी भगतो की पता चिंबड़ के बैठा कोई तबारी नहीं ਐਂ ਕਰਦੇ ਆ ਭਗਤੋ ਆ ਮਿੱਟੀ ਚ ਦੇਖਦੇ ਕਿਤੇ ਪੋਲੀ ਮਿੱਟੀ ਕਰਕੇ ਕੋਈ ਖੱਡ ਚ ਵੜਿਆ ਬੈਠਾ ਹੋਵੇ ਚੱਲ ਚੱਲ ਬਾਬਾ ਛੇਤੀ ਕਰ ਗੱਲਾਂ ਘੱਟ ਮਾਰ ਓ ਭਗਤੋ ਪਿੱਛੇ ਹਲ ਜੋ ਪਾਲੇ ਲਵੇਟਾ ਲਾ ਤੂੰ ਓ ਬਾਬਾ ਖੜਦਾ ਬਾਬਾ ਓਹੋ ਬਾਬਾ ਤੇਰਾ ਵੀ ਸਰਿਆ ਪਿਆ ਸੱਚੀ ਭਗਤੋ ਪਿੱਛੇ ਰਹੋ ਸੱਪ ਫਿਰ ਟਾਈਮ ਤੇ ਨਹੀਂ ਸਮਣਾ ਕੰਮ ਪਿੱਛੇ ਰਹੋ ਮੇਰੇ पूरा जोर लाता सप हल तक निकलिया नहीं बाबा बाबा देख सिरी कदी भज के चल भज के बाबा हां लग गया उठ चल चल जा भज चप्पल पाला मेरी टोकरी सप नू नाल दी नाल ओदे विच पा ले ओए बाबा उच्च ताप सप मैं नहीं जांदी ओ भगतो ओदे तां दंद तोड़े होए ने खट्टे करे होए ने ओ नहीं जहर भगतो गल सुनो सप ने फण चक्कर के आओ सामने खड़े सप हुण इधर आऊगा आपदा मर्जा ध्यान रखियो मैं फड़ के लियाना सप नूं जगह जगह बाबा ना तिड़क हूँ हो जाए ठंडा बहु बदीन करके मारता तय दिना दे जवाक तय तड़बार कितने हूँ नहीं हूँ तो तेनू जोगी दे नाले रहना पाऊगा नाले दुध मिले करूँगा तेनू चोखा हर जा तिड़कनो चल तेनू पावा पटियारी ओ बस बस शांत हो जा हूँ क्यों तिड़की जाना हूँ तू नाथा दे नाल ही रहेगा क्यों तिड़कदा शांत हो जा शांत हो जा शांत हो जा बे बाबा बाबा गल सुन ला मेरी बाबा मैं तो एक बार यकीन जा करा दे माड़ा जा टापा जा चाके दिखा दे दा भाई बीबा हुण की यकीन करेगी तेरे सामने एडा बड़ा नाग फड़े एक विच पे मेरी गल सुन मैं तू बड़ा नेड़े होके देख ला ओ पत्ता ले लवे होके देख ला दो दी पहली लड़ाई पै रही उना दी तो ला पे लग नेड़े हो जा नेड़े दिखा दे बाबा ए ले दिखा देना पक्ता जी तेनू यकीन नहीं आंदा बस मर जा ई देख ली किते होर ना हो जे बाबा बाबा इने तो दंद मारया ने हाय हाय भाई मेरी गल सुन उरिया 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 भाई मेरी गल सुन बंदे जहर होंगे बीबा मेनू तो जहर चूसन ही नहीं आता
ਬਾਬਾ ਓਏ ਤੇਰਾ ਬਹਿ ਜੇ ਬਿੜਾ ਤੇਰਾ ਓਏ ਮੈਂ ਹੁਣ ਕੀ ਕਰਾਂ ਦੱਸ ਮੈਨੂੰ ਓ ਗੱਲ ਸੁਣ ਭਗਤਾ ਜਦ ਤੇਰੀ ਬਾਹ ਬੰਤੀ ਕਿਧਰੇ ਨਹੀਂ ਮਰਦਾ ਗੱਲ ਸੁਣ ਲੈ ਮੇਰੀ ਧਿਆਨ ਨਾਲ ਐਡਾ ਜ਼ਹਿਰੀਲਾ ਸੱਪ ਨਹੀਂ ਹੈਗਾ ਮੈਂ ਫੜ ਕੇ ਨਹੀਂ ਪਟਿਆਰੀ ਚ ਪਾਇਆ ਸੁਣ ਲੈ ਨਾ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਇਹਦਾ ਬਡਰੁੱਖੇ ਇਲਾਜ ਹੈਗੇ ਜਾਂਦੀ ਜ਼ਹਿਰ ਕੱਢ ਦੂਗਾ ਨਹੀਂ ਮਰਵਾਤਾ ਨਹੀਂ ਨਹੀਂ ਮਰਵਾਤਾ ਮੈਂ ਜੀ ਤੇ ਚੱਲ ਖੜਾ ਹੋ ਬਡਰੁੱਖੇ ਜਿਹੜਾ ਮੈਂ ਗੱਲ ਸੁਣ ਲਓ ਭਾਈ ਬੀਬਾ ਬੋਲ ਬਾਬਾ ਮੈਂ ਸੱਪ ਕੱਢਣਾ ਵੀ ਸਿੱਖ ਗਿਆ ਤੇ ਫੜਨਾ ਵੀ ਸਿੱਖ ਗਿਆ ਹੁਣ ਮੇਰੇ ਗੁਰੂ ਲਵੇ ਜਾਣਾ ਮੈਂ ਜ਼ਹਿਰ ਕੱਢਣਾ ਵੀ ਸਿੱਖ ਲੂਗਾ ਆਹੋ ਕੱਲੀ ਕੱਲੀ ਭਾਈ ਨਾ ਹੋ ਨਾ ਹੋ ਭਾਈ ਉਹ ਮੇਰੀ ਦਕਸ਼ਨਾ ਤਾਂ ਦੇ ਦੋ ਉਹ ਮੇਰੀ ਦਕਸ਼ਨਾ ਤਾਂ ਦੇ ਦੋ ਬੇ ਬਾਬਾ ਕਰਦਾ ਮੈਨੂੰ ਮੇਰੇ ਬੱਚੇ ਦੀ ਜਾਨ ਨਿਕਲੀ ਜਾਂਦੀ ਹੈ ਤੈਨੂੰ ਦਕਸ਼ਨਾ ਵੀ ਪਈ ਹੈ ਮੈਂ ਚੱਲ ਤੂੰ ਰਹਿ ਦੇ ਬੇ ਤੂੰ ਚੱਲ ਛੇਤੀ ਚੱਲ ਇਹ ਚੱਲ ਦੇਖ ਲੈ ਇਹ ਤਾਂ ਜਾਂਦੀ ਵਾਰ ਜੋਗੀ ਨਾ ਉਹੀ ਕੰਮ ਫੇਰ ਕਰਕੇ ਇੰਨਾ ਚਿਰ ਸਾਰਾ ਦਿਨ ਉਰੇ ਭਕਾਈ ਕਰਾ ਕੇ ਸੱਪ ਕਢਾ ਲਿਆ ਫੜਾ ਵੀ ਦਿੱਤਾ ਹੁਣ ਦੇਖ ਦਕਸ਼ਨਾ ਦੇਣ ਦੇ ਮਾਰੇ ਆਓ ਜਾਂਦੇ ਨੇ ਉਦੋਂ ਤਾਂ ਕਹਿੰਦੇ ਤਸੱਲੀ ਕਰਾ ਹੋਰ ਦੱਸ ਜੋਗੀਆਂ ਗੱਲ ਤਾਂ ਹੱਛ ਨਾਲ ਹੀ ਹੈ ਹੁਣ ਜਦੋਂ ਕਹਿੰਦਾ ਐਂ ਡੰਗ ਮਾਰਤਾ ਤਸੱਲੀ ਹੋ ਗਈ ਵੀ ਸੱਪ ਫੜਿਆ ਹੁਣ ਹੋ ਗਈ ਇਹਨਾਂ ਨੂੰ ਤਸੱਲੀ ਵੀ ਸੱਪ ਫੜਿਆ ਹਾਏ ਮਾਰਿਆ ਜੱਟ ਦੇ ਖਿੱਚ ਕੇ ਡੰਗ